पठानकोट च चोरी का अजीब मामला आया सामने। पठानकोट च चोरों की हैरान करने वाली वारदात सामने आई। चोरों ने पहला दुकान के ताले तोड़ के अंदर वड़े। चोरी दियां वारदातां सामने आउंदियां सन, पर हुण चोर ने सड़क किनारे खड़े नारियल नूं काबू कर लिया। इस संबंधी जानकारी देंदे हुए DSP सिटी सुमेर सिंह दे वल्लों दस्सिया गया कि चोरों ने थाणा सदर दे विच इक दुकानदार दे वल्लों सड़क किनारे रखे 90-100 रुपए दे नारियल चोरी किए। डिवीजन नंबर 2 का इलाका चोरी होए नारियल पुलिस ने तुरंत कार्रवाई करदिआं चोरों नूं काबू कर लिया, जिन्हां दी पछाण साहिल अते करण वजो हुई है। पुलिस ने इन्हां दे कोलों 22,000 रुपए नकद अते 200 नारियल बरामद किए हन। ਜੀ ਸਾਡੇ ਧਿਆਨ 'ਚ ਇੱਕ ਮਾਮਲਾ ਆਇਆ ਸੀ ਜਿਸ 'ਚ ਇੱਕ ਬੰਦੇ ਕੋਲੋਂ ਤਕਰੀਬਨ 900 ਨਾਰੀਅਲ ਉਹਨਾਂ ਦੇ ਕਿਸੇ ਨੇ ਚੋਰੀ ਕਰ ਲਏ ਸੀ। ਇਹ ਡਿਵੀਜ਼ਨ ਨੰਬਰ 2 ਦਾ ਮਸਲਾ ਜੀ। ਇਹਦੇ ਬਾਅਦ ਇਹਦੇ ਉੱਪਰ ਆਪਾਂ ਸਵਿਫਟਲੀ ਐਕਸ਼ਨ ਕਰਦੇ ਹੋਏ ਇਹਨੂੰ ਇਨਵੈਸਟੀਗੇਟ ਕਰਨਾ ਸ਼ੁਰੂ ਕੀਤਾ, ਜਿਸਦੇ ਬਾਅਦ ਸਾਨੂੰ ਪਤਾ ਲੱਗਿਆ ਕਿ ਇੱਕ ਸਾਹਿਲ ਅਤੇ ਕਰਨ ਨਾਮ ਦੇ ਦੋ ਮੁੰਡੇ ਆ, ਇਹਨਾਂ ਨੇ ਚੋਰੀ ਕੀਤੀ ਸੀ ਅਤੇ ਬਾਅਦ 'ਚੋਂ ਇਹਨਾਂ ਨੂੰ ਆਪਾਂ ਫਿਰ ਫੜ ਲਿਆ ਸੀ। ਇਹਨਾਂ ਤੋਂ 200 ਜਿਹੜੇ ਪੀਸ ਨਾਰੀਅਲ ਰਿਕਵਰ ਕੀਤੇ, ਨਾਲ 22,000 ਰੁਪਇਆ ਜਿਹੜਾ ਉਹ ਵੀ ਰਿਕਵਰ ਕੀਤਾ ਸੀ ਚੋਰੀ ਦਾ। ਅਤੇ ਉਹਦੇ ਬਾਅਦ ਫਿਰ ਆਪਾਂ ਇਹਨਾਂ ਦੇ ਉੱਪਰ ਮੁਕੱਦਮਾ ਨੰਬਰ 133 ਜਿਹੜਾ ਉਹ ਡਿਵੀਜ਼ਨ ਨੰਬਰ 2 ਥਾਣੇ 'ਚ ਅੰਡਰ ਸੈਕਸ਼ਨ 379 ਦਰਜ ਕੀਤਾ ਜੀ। ਪ੍ਰੈਜ਼ੈਂਟਲੀ ਦੋਨੋਂ ਮੁੰਡੇ ਫੜੇ ਗਏ ਆਪਣੀ ਹਿਰਾਸਤ 'ਚ, ਇਨਵੈਸਟੀਗੇਸ਼ਨ ਚੱਲ ਰਹੀ। ਜੀ ਇਹਨੂੰ ਆਪਾਂ ਫਰਦਰ ਇਨਵੈਸਟੀਗੇਟ ਕਰ ਰਹੇ ਹਾਂ। ਇਹ 'ਚ ਬੇਸਿਕਲੀ ਰਿਕਵਰੀ ਆਪਾਂ ਨੂੰ 200 ਪੀਸ ਨਾਰੀਅਲ ਹੋਈ ਹੈ ਅਤੇ ਜਿਹੜੀ FIR ਅੰਡਰ ਸੈਕਸ਼ਨ 379 IPC ਆਪਾਂ ਦਿੱਤੀ, ਬਾਕੀ ਜਿਹੜੇ ਫੈਕਟਸ ਹੈ ਇਹ ਵੈਰੀਫਾਈ ਕਰ ਰਹੇ।